ਸਸ਼ੇਕਾਲ ਜੀ ਇਹ ਹੈ ਟਾਈਟਨ ਦੀ ਜੈਂਟਸ ਵਾਚ 10012SL01 ਨੋਇਆ 795 ਦੀ ਪ੍ਰਾਈਸ ਰੇਂਜ ਚ ਆਰਟੀਕਲ ਲਾਂਚ ਕੀਤਾ ਗਿਆ ਹੈ ਟਾਈਟਨਸ ਟ੍ਰੇਲਰ 컬렉ਸ਼ਨ ਦੇ ਅੰਡਰ ਇਹ ਆਰਟੀਕਲ ਇੰਡੀਆ ਚ ਡਿਜ਼ਾਈਨ ਹੋਇਆ 올 ਸਟੇਨਲੈਸ ਸਟੀਲ ਹੈ 50 ਮੀਟਰ ਤੱਕ ਵਾਟਰ ਰਿਸਿਸਟੈਂਟ ਹੈ ਤੇ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਟਾਈਟਨਸ ਟ੍ਰੇਲਰ ਲੋਗੋ ਨਾਲ ਹੀ ਤੁਹਾਨੂੰ ਇੱਥੇ ਮੂਨ ਦਾ ਜਿਹੜਾ ਅਰਥ ਹੈ ਉੱਥੋਂ ਦੀ ਉਹ ਦੇਖਣ ਨੂੰ ਮਿਲਦੀ ਹੈ ਨਾਲੇ ਨਾਲ ਤੁਹਾਨੂੰ ਰਾਕਟ ਦੇ ਸ਼ੇਪ ਵੀ ਦੇਖਣ ਨੂੰ ਮਿਲ ਜਾਂਦੇ ਟਾਈਟਨ ਦੀ ਇਹ ਲੀ ਕਲੈਕਸ਼ਨ ਤਾਰਿਆਂ ਤੋਂ ਇਨਸਪਾਇਰਡ ਹੋ ਕੇ ਡਿਜ਼ਾਈਨ ਕੀਤੀ ਗਈ ਹੈ ਤੁਸੀਂ ਇਹਦਾ ਗਲਾਸ ਦੇਖ ਸਕਦੇ ਹੋ ਤੁਹਾਨੂੰ ਇੱਥੇ ਡੂਮ ਗਲਾਸ ਦਾ ਇਸਤੇਮਾਲ ਦੇਖਣ ਨੂੰ ਮਿਲ ਜਾਂਦਾ ਹੈ ਕਾਫੀ ਮੋਟਾ ਗਲਾਸ ਹੈ ਇਹ ਦੇਖ ਸਕਦੇ ਹੋ ਤੇ ਕੇਸ ਜਿਹੜਾ ਤੁਹਾਨੂੰ ਡਿਜ਼ਾਈਨਰ ਲੁੱਕ ਵਿੱਚ ਅੱਪਰ ਰਿੰਗ ਦੇ ਨਾਲ ਸੇਮ ਟੂ ਸੇਮ ਤੁਹਾਨੂੰ ਕ੍ਰਾਊਨ ਦੀ ਲੁੱਕ ਦੇਖਣ ਨੂੰ ਮਿਲਦੀ ਹੈ ਤੇ 올 ਸਟੇਨਲੈਸ ਸਟੀਲ ਹੈ ਯਾਨੀ ਕਿ ਪੂਰੇ ਦਾ ਪੂਰਾ ਕੇਸ ਸਟੇਨਲੈਸ ਸਟੀਲ ਮੈਟ ਫਿਨਿਸ਼ ਦੇ ਜੈਸਾ ਆਰਟੀਕਲ ਨੂੰ ਡਿਜ਼ਾਈਨ ਕੀਤਾ ਗਿਆ ਦੀ ਲੁੱਕ ਥੋੜੀ ਜੀ ਗ੍ਰੇ ਸਟੋਨ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਦੋ ਸਾਈਡ ਤੇ ਪੁਸ਼ ਬਟਨ ਦੇਖਣ ਨੂੰ ਮਿਲਦੇ ਜੋ ਕਿ ਇੰਟਰਨਲ ਮਲਟੀ ਫੀਚਰ ਨੂੰ ਪਲੇ ਆਊਟ ਕਰਦੇ ਨੇ ਯਾਨੀ ਕਿ ਜਿਹੜਾ 24 ਆਰਸ ਹੈ ਤੁਸੀਂ ਇਹ ਕ੍ਰਾਊਨ ਦੇ ਨਾਲ ਸੈੱਟ ਕਰਨਾ ਹੈ ਤੇ ਜਿਹੜੇ ਅਪ ਬਟਨ ਹੈ ਇਹਦੇ ਨਾਲ ਤੁਸੀਂ ਡੇਟ ਸੈੱਟ ਕਰਨੀ ਹੈ ਡੇ ਤੇ ਡਾਊਨ ਬਟਨ ਦੇ ਨਾਲ ਡੇਟ ਸੈੱਟ ਕਰਨੀ ਹੈ ਟਾਈਟਨ ਦਾ ਲੋਗੋ ਦੇਖਣ ਨੂੰ ਮਿਲਦਾ ਹੈ ਨੰਬਰਿੰਗ ਜਿਹੜੀ ਇੰਡੈਕਸ ਹੈ ਇਹਦੇ ਤੁਹਾਨੂੰ ਗ੍ਰੀਨ ਤੇ ਸਟੀਲੀ ਕਲਰ ਚ ਦੇਖਣ ਨੂੰ ਮਿਲ ਜਿਹੜਾ ਗ੍ਰੀਨੀਸ਼ ਤੁਹਾਨੂੰ ਇਹਦੇ ਚ ਕਲਰ ਦੇਖਣ ਨੂੰ ਮਿਲਦਾ ਹੈ ਇਹ ਨਾਈਟ ਵਿਜ਼ਨ ਹੈ ਅਤੁਈ ਦੇਖ ਸਕਦੇ ਹੋ ਕਿ ਨੇਰੇਚ ਵੀ ਆਦੀ ਪੂਰੀ ਟਾਈਮ ਕੁਆਲਿਟੀ ਹੈਗੀ ਹੈ ਇਹਦੇ ਰੇਡੀਅਮ ਦੀ ਕੁਆਲਿਟੀ ਕਾਫੀ ਸੁਪੀਰੀਅਰ ਡਿਜ਼ਾਈਨ ਕੀਤੀ ਗਈ ਹੈ ਤੇ ਜਿੱਦਾਂ ਸਿਤਾਰੇ ਚਮਕਦੇ ਨੇ ਰਾਤੀ ਉਦਾਂ ਹੀ ਤੁਹਾਡੀ ਘੜੀ ਦਾ ਟਾਈਮ ਪੂਰਾ ਕਲੀਅਰਲੀ ਚਮਕੇਗਾ ਤੇ ਇੱਕ ਖੂਬਸੂਰਤ ਵਾਚ ਨੂੰ 44mm ਦੇ ਸਾਈਜ਼ ਦੇ ਵਿੱਚ ਇਸ ਨੂੰ ਡਿਜ਼ਾਈਨ ਕੀਤਾ ਗਿਆ 22mm ਦਾ ਦਾ ਸਟ੍ਰੈਪ ਹੈ ਸਟ੍ਰੈਪ ਦੀ ਕੁਆਲਿਟੀ ਕਾਫੀ ਸੁਪੀਰੀਅਰ ਹੈ ਯੂਜ਼ ਕੀਤੀ ਗਈ ਹੈ ਤੇ ਜੈਨੂਅਲ ਲੈਦਰ ਹੈ ਹਾਈ ਕੁਆਲਿਟੀ ਦਾ ਲੈਦਰ ਹੈ ਇਹਦੇ ਚ ਇਸਤੇਮਾਲ ਕੀਤਾ ਗਿਆ ਬੱਕਲ ਵੀ ਤੁਹਾਨੂੰ ਕਾਫੀ ਹੈਵੀ ਲੁੱਕ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ ਇਹਦਾ ਸਟ੍ਰੈਪ ਦੋਨੋਂ ਸਾਈਡ ਤੋਂ ਦੇਖੋਗੇ ਬਹੁਤ ਹੀ ਸੋਨਾ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਯੂਜ਼ ਕੀਤਾ ਗਿਆ ਪ੍ਰੀਮੀਅਮ ਸਟ੍ਰੈਪ ਨੂੰ ਯੂਜ਼ ਕੀਤਾ ਗਿਆ ਵੇਅਰਅੱਪ ਚ ਵੀ ਤੁਹਾਨੂੰ ਇੱਕ ਅੱਛੇ ਲੁੱਕ ਦੇਖਣ ਨੂੰ ਮਿਲ ਜਾਂਦੀ ਹੈ ਇਹਦੀ ਤੇ ਹੈਵੀ ਲੁੱਕ ਵਿੱਚ ਕੋਈ ਵੀ ਛੋਟਾ ਵੱਡਾ ਜਿਹੜਾ ਮਰਜੀ ਹੱਥ ਹੋਏ ਉਹਦੇ ਤੇ ਬਹੁਤ ਹੀ ਸੋਹਣੀ ਲੁੱਕ ਦੇਖਣ ਨੂੰ ਮਿਲੇਗੀ ਉਹ ਪ੍ਰੀਮੀਅਮ ਲੁੱਕ ਤੁਹਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਸਾਈਡ ਬਟਨ ਦੇ ਨਾਲ ਇਹਦੀ ਲੁੱਕ ਹੋਰ ਵੀ ਇਨਕਰੀਜ਼ ਹੋ ਜਾਂਦੀ ਹੈ ਟਾਈਟਨ ਦੇ ਕਿਸੇ ਵੀ ਸਟੋਰ ਤੋਂ ਇਹਨੂੰ ਪਰਚੇਸ ਕਰ ਸਕਦੇ ਹੋ 2 ਸਾਲ ਦੀ ਇਹਦੀ ਮਕੈਨੀਕਲ ਤੇ ਸਾਲ ਦੀ ਰੰਗ ਦੀ ਰੰਗ ਇਹਦਾ ਜਾਣਾ ਨਹੀਂ ਕਿਉਂਕਿ ਸਟੇਨਲੈਸ ਸਟੀਲ ਧੰਨਵਾਦ ਜੈ ਸ਼੍ਰੀ ਰਾਮ ਜੈ ਭਾਰਤ